ਮੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਸੀ ਕੋਈ ਵੀਡੀਓ ਬਣਾ ਰਿਹਾ ਆ ਜਾਂ ਪਤਾ ਕੋਈ ਯਾਰਾਂ ਮਿੱਤਰਾਂ ਨੇ ਕਿਸੇ ਨੇ ਬਣਾਈਆਂ ਉਹਨਾਂ ਨੇ ਕੋਈ ਗਰੁੱਪਾਂ 'ਚ ਪਾਤੀ ਕਿਸੇ ਨੇ ਸਟੇਟਸ ਲਾ ਲਿਆ ਉਹ ਵਾਇਰਲ ਹੁੰਦੀ 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 ਫਿਰ ਵਾਇਰਲ ਹੋ ਗਈ ਜੀ ਪਰ ਲੋਕਾਂ ਦਾ ਪਿਆਰ ਸਾਨੂੰ ਬਹੁਤ ਮਿਲਿਆ ਬਾਈ ਤਾਂ ਸੀ ਨਾ ਸਾਦਾ ਵੀ ਇੰਨੇ ਕ ਫੋਨ ਆਏ ਇੰਨੀ ਖੁਸ਼ੀ ਆ ਵੀ ਸਰਪੰਚੀ ਦੀ ਚਲੋ ਖੁਸ਼ੀ ਸੀ ਆਪਦੀ ਖੁਸ਼ੀ ਬਣਾ ਰਹੇ ਸੀ ਤੇ ਆ ਤਾਂ ਸਾਨੂੰ ਪਤਾ ਨਹੀਂ ਸੀ ਸਾਨੂੰ ਆਹ ਗਾ ਇੰਨਾ ਹੋਰ ਕੁਝ ਦੇ ਦੇਣਗੇ ਲੋਕ ਪਿਆਰ ਨਾਲ ਬਾਈ ਕਿੰਨੇ ਕਿੰਨੇ ਵੋਟਾਂ ਦੇ ਫਰਕ ਤੇ ਜਿੱਤੇ ਸਾਨੂੰ 17 1696 ਵੋਟਾਂ ਪਈਆਂ ਬਾਈ ਜੀ ਜਿਹੜਾ ਮੇਰਾ ਐਂਟੀਆ ਨੂੰ 340 ਵੋਟਾਂ ਪਈਆਂ ਸਰਪੰਚੀ ਦੇ ਇਲੈਕਸ਼ਨ ਮੌਕੇ ਜਿੱਥੇ ਵੱਖ-ਵੱਖ ਖਬਰਾਂ ਛਾਈਆਂ ਰਹੀਆਂ ਉੱਥੇ ਇੱਕ ਵੀਡੀਓ ਬਹੁਤ ਛਾਈ ਉਹ ਛਾਈ ਇੱਕ ਸਰਪੰਚ ਦੇ ਜੈਦੀ ਖੁਸ਼ੀ ਦੇ ਵਿੱਚ ਜਦੋਂ ਆਪਣੇ ਜੀਵਨ ਸਾਥੀ ਦੇ ਨਾਲ ਨੱਚ ਰਿਹਾ ਸੀ ਤਾਂ ਉਹ ਵੀਡੀਓ ਨੇ ਸਭ ਦਾ ਮਨ ਮੋਇਆ ਸਭ ਨੇ ਉਹ ਵੀਡੀਓ ਨੂੰ ਬਹੁਤ ਪਸੰਦ ਕੀਤਾ ਬਹੁਤ ਸ਼ੇਅਰ ਹੋਈ ਤੇ ਸਾਡੇ ਤੱਕ ਵੀ ਕੋਈ ਵੀਰਾਂ ਨੇ ਇਹ ਗੱਲ ਕਹੀ ਕਿ ਯਾਰ ਤੁਹਾਡੇ ਏਰੀਏ ਦੇ ਆ ਤੁਹਾਡੇ ਇਲਾਕੇ ਦੇ ਆ ਤਾਂ ਉਹਨਾਂ ਨਾਲ ਗੱਲ ਜਰੂਰ ਕਰੋ ਉਹਨਾਂ ਦੀ ਗੱਲ ਕਿਉਂਕਿ ਜਿੱਥੇ ਸਰਪੰਚੀ ਦੀ ਜਿੱਤ ਦੀ ਖੁਸ਼ੀ ਦਾ ਇਜ਼ਹਾਰ ਉਹ ਕਰ ਲਈ ਸੀ ਤਾਂ ਉੱਥੇ ਉਹ ਜੋੜੀ ਦਾ ਆਪਸ ਦੇ ਵਿੱਚ ਜਿਹੜਾ ਪਿਆਰ ਸੀ ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਖੁਸ਼ੀ ਮਨਾਈ ਆ ਉਹ ਸਭ ਤੋਂ ਵੱਖਰੀ ਸੀ ਤਾਂ ਸਾਡੇ ਨਾਲ ਬਾਈ ਨੇ ਜਿਹੜੇ ਸਰਪੰਚ ਬਣੇ ਨੇ ਨਾਲ ਹੀ ਭੈਣ ਜੀ ਨੇ ਜਿਨ੍ਹਾਂ ਦੇ ਨਾਲ ਉਹ ਉਸ ਦਿਨ ਖੁਸ਼ੀ ਮਨਾ ਰਹੇ ਸੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਆਉਣ ਉਹਨੂੰ ਬਾਈ ਜੀ ਮੈਨੂੰ ਇੱਕ ਇੱਕ ਸਵਾਲ ਆ ਵੀ ਜਦੋਂ ਤੁਸੀਂ ਖੁਸ਼ੀ ਮਨਾ ਰਹੇ ਸੀ ਲੱਗਦਾ ਸੀ ਵੀ ਵੀਡੀਓ ਐ ਕਿਧਰ ਕਿਧਰ ਜਾਰੀ ਕਿਉਂ ਪਤਾ ਹੀ ਨਹੀਂ ਲੱਗ ਰਿਆ ਸੀ ਵੀਡੀਓ ਬਣ ਰਹੀ ਹੈ ਨਹੀਂ ਬਾਈ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਆ ਸੀ ਕੋਈ ਵੀਡੀਓ ਬਣਾ ਰਿਆ ਆ ਜਾਂ ਪਤਾ ਕੋਈ ਯਾਰਾਂ ਮਿੱਤਰਾਂ ਨੇ ਕਿਸੇ ਨੇ ਬਣਾਈਆਂ ਹਾਂ ਉਹਨਾਂ ਨੇ ਕੋਈ ਗਰੁੱਪਾਂ ਚ ਪਾਤੀ ਕਿਸੇ ਨੇ ਸਟੇਟਸ ਲਾ ਲਿਆ ਉਹ ਵਾਇਰਲ ਹੁੰਦੀ 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 ਫਿਰ ਵਾਇਰਲ ਹੋ ਗਈ ਜੀ ਮੈਨੂੰ ਤਾਂ ਦੂਸਰੇ ਦਿਨ ਤੜਕੇ ਪਤਾ ਲੱਗਿਆ ਸਵੇਰ ਯਾਨੀ ਕਿ ਵੀ ਇੰਨੀ ਕਿ ਵਾਇਰਲ ਹੋ ਗਈ ਫਿਰ ਲੋਕਾਂ ਨੇ ਸਟੇਟਸ ਪਾਤੇ ਜੀ ਫਿਰ ਹੋਰ ਚੱਲ ਪਿਆ ਜੀ ਫਿਰ ਗਾਂਧੀਆਂ ਚ ਚੱਲੀ ਗਈ ਹੁਣ ਕੋਈ ਕਹਿੰਦਾ 5 ਲੱਖ ਵੀਊ ਹੋ ਗਿਆ ਕੋਈ 10 ਲੱਖ ਹੋ ਗਿਆ ਸਾਨੂੰ ਤਾਂ ਪਤਾ ਫੋਨ ਆਉਣ ਲੱਗੇ ਫਿਰ ਪਤਾ ਲੱਗਿਆ ਵੀ ਇੰਨੀ ਇੰਨੀ ਹੋ ਗਿਆ ਇੰਨੀ ਵਾਇਰਲ ਹੋ ਗਈ ਉਹ ਉਸ ਸਮੇ ਦਾ ਜਿਹੜਾ ਪਲ ਸੀ ਉਹ ਉਹ ਕੀ ਹੈ ਇਹਾ ਕੀ ਸੀ ਜਦੋਂ ਜਦੋਂ ਇੰਨਾ ਆ ਸਭ ਕੁਝ ਹੋ ਗਿਆ ਉਹ ਤਾਂ ਜੀ ਸਾਡੇ ਆਪ ਦੀ ਲਾਈਫ ਸੀ ਇੰਜੋਏ ਕਰਦੇ ਸੀ ਸਾਰੇ ਆਪ ਦੇ ਪਰਿਵਾਰਕ ਮੈਂਬਰ ਸੀ ਯਾਰ ਮਿੱਤਰ ਸੀ ਕੋਈ ਮौज मस्ती ਮਾਰੀ ਜਾਂਦੇ ਸੀ ਆਪ ਦੀ ਇੰਜੋਏ ਜਿੰਨੀ ਕਿ ਜ਼ਿੰਦਗੀ ਜਿਉਣੀ ਚਾਹੁੰਦੇ ਸੀ ਆਪ ਦੀ ਲਾਈਫ ਦੇ ਵਿੱਚ ਖੁਸ਼ੀ ਨਾਲ ਜਿਹੜਾ ਪੜਾਉ ਦੇ ਐਨਜੋਏ ਕਰ ਰਹੇ ਸੀ ਆ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਵੀ ਲੋਕਾਂ ਤੁਸੀਂ ਇੰਨੇ ਵਾਇਰਲ ਹੋ ਜਾਗੇ ਇੰਨਾਂ ਲੋਕਾਂ ਦਾ ਪਿਆਰ ਮਿਲੂਗਾ ਪਤਾ ਹੀ ਨਹੀਂ ਸੀ ਇਸ ਗੱਲ ਦਾ ਨਹੀਂ ਨਹੀਂ ਆਈ ਨਾ ਆਈ ਨਹੀਂ ਸੀ ਵੀ ਇਨੀ ਸਰਪੰਚ ਦੀ ਸਰਪੰਚ ਦੀ ਚਰਚਾ ਨਹੀਂ ਹੋਣੀ ਜਿੰਨੇ ਤੁਹਾਡੇ ਉਹ ਦਿਨ ਦੀ ਖੁਸ਼ੀ ਦੀ ਉਹ ਤੁਹਾਡੇ ਡਾਂਸ ਦੀ ਉਹ ਚੀਜ਼ ਦੀ ਚਰਚਾ ਹੋ ਗਈ ਹਾਂਜੀ ਹਾਂਜੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਲੋਕਾਂ ਦਾ ਪਿਆਰ ਸਾਨੂੰ ਬਹੁਤ ਮਿਲਿਆ ਬਾਈ ਤਾਂ ਸੀ ਨਾ ਸਾਦਾ ਵੀ ਇੰਨੇ ਕਿ ਫੋਨ ਆਏ ਹੂੰ ਇੰਨੀ ਖੁਸ਼ੀ ਆਵੀ ਸਰਪੰਚ ਜੀ ਚਲੋ ਖੁਸ਼ੀ ਸੀ ਆਪਦੀ ਖੁਸ਼ੀ ਮਨਾ ਰਹੇ ਸੀ ਤੇ ਆ ਤਾਂ ਸਾਨੂੰ ਪਤਾ ਨਹੀਂ ਸੀ ਸਾਨੂੰ ਅਗਲਾ ਇੰਨਾ ਹੋਰ ਕੁਝ ਦੇ ਦੇਣਗੇ ਲੋਕ ਪਿਆਰ ਸਭ ਦਾ ਇਹ ਪਹਿਲਾਂ ਵੀ ਤੁਸੀਂ ਕਦੇ ਆਏ ਖੁਸ਼ੀ ਮਨਾਈ ਹੈ ਜੀ ਪਹਿਲਾਂ ਵੀ ਡਾਂਸ ਕਰਦੇਗੇ ਪਹਿਲੀ ਵਾਰੀ ਹੋਇਆ ਸੀ ਇਹ ਨਹੀਂ ਪਹਿਲਾਂ ਮੈਂ ਉਹਨਾਂ ਨੂੰ ਪੁੱਛਣਾ ਜਾਣਾ ਤੁਹਾਡੇ ਤੋਂ ਨਹੀਂ ਅੱਗੇ ਵੀ ਬਹੁਤ ਵਾਰੀ ਬਹੁਤ ਵਾਰੀ ਜੀ ਮਤਲਬ ਇਹ ਤੁਸੀਂ ਇਹ ਇਹ ਸੁਭਾਅ ਜੀ ਹੈ ਮਤਲਬ ਤੁਹਾਡੇ ਮਤਲਬ ਦੁਆ ਪਰੋਜੀਆਂ ਦੇ ਜਾਂ ਕਹਿ ਲਈਏ ਹਾਂ ਜੀ ਖੁਸ਼ੀ ਮਨਾਉਣ ਦਾ ਤਰੀਕਾ ਤਰੀਕਾ ਹੈ ਨਹੀਂ। ਇੱਥੇ ਸ਼ਾਦੀਆਂ ਦੀ ਵੀ ਆਏ ਹੋ ਜਾਂਦਾ ਬਈ। ਨਹੀਂ ਅਸੀਂ ਆਮ ਤਾਂ ਨਹੀਂ ਚਲੋ ਜੀ ਸਾਡਾ ਕੋਈ ਆਪ ਦਾ ਪਰਸਨਲ ਫੰਕਸ਼ਨ ਆ ਉੱਥੇ ਅਸੀਂ ਆਪ ਦਾ ਬਹੁਤ ਇੰਜੋਏ ਕਰਦੇ ਆ ਜੀ। ਠੀਕ ਹੈ। ਸਾਡੇ ਆਪ ਦੇ ਰਿਸ਼ਤੇ ਜੇ ਕੋਈ ਬਹੁਤ ਜਿਆਦਾ ਕੋਈ ਯਾਰ ਮਿੱਤਰ ਜ਼ਰੂਰੀ ਹੈ ਉੱਥੇ ਤਾਂ ਜਰੂਰ ਹੂੰ ਖੁੱਲ ਕੇ ਇੰਜੋਏ ਖੁਸ਼ੀ ਮਨਾ ਕੇ ਹੁੰਨੇ ਆ ਅਸੀਂ। ਆ ਐਨੀ ਵੀ ਕਿਤੇ ਅਸੀਂ ਜਾਵੜੇ ਵੀ ਆਵੇ ਲੋਕੀ ਉਧਰ ਹੋਗੇ ਉਧਰ ਹੋਗੇ ਐ ਨਹੀਂ। ਪੂਰੇ ਮਨ ਖੁਸ਼ ਕਰਕੇ ਖੁੱਲ ਕੇ ਨੱਚੀਦਾ ਹਾਂ। ਹਾਂ ਜੀ। ਉਸ ਦਿਨ ਕਿੰਨੀ ਖੁਸ਼ੀ ਸੀ ਤੁਹਾਡੇ ਮਨ ਚ ਕਿੰਨੀ ਖੁਸ਼ੀ ਸੀ? ਬਹੁਤ ਜ਼ਿਆਦਾ ਜੀ ਉਸ ਦਿਨ। सरपंच ਬਣੇ ਦੀ ਉਹ ਹੁਣ ਉਸ ਤੋਂ ਸਰਪੰਚ ਹੀ ਬਣ ਮੈਂ ਜਿਵੇਂ ਪਹਿਲਾਂ ਕਿਹਾ ਵੀ ਸਰਪੰਚ ਦੇ ਬਣ ਦੇ ਨਾਮ ਨਾਲ ਜਿਹੜੀ ਤੁਹਾਡੀ ਆ ਵੀਡੀਓ ਨੇ ਸਾਰੇ ਪਾਸੇ ਤੁਹਾਨੂੰ ਇਹ ਵੀ ਇੱਕ ਖੁਸ਼ੀ ਮਿਲੀ ਵੀ ਲੋਕਾਂ ਨੇ ਕਿੰਨਾ ਹਾਂਜੀ ਇਸ ਚੀਜ਼ ਦੀ ਬਹੁਤ ਖੁਸ਼ੀ ਮਿਲੀ ਲੋਕਾਂ ਨੇ ਸਾਨੂੰ ਐਨਾ ਪਿਆਰ ਦਿੱਤਾ ਹੈ ਐਨਾ ਪਿਆਰ ਹਾਂਜੀ ਇੰਨੇ ਲੋਕ ਸਾਡੇ ਨਾਲ ਹੂੰ ਭਾਈ ਕਿੰਨੇ ਕਿੰਨੇ ਵੋਟਾਂ ਦੇ ਫਰਕ ਤੇ ਜਿੱਤੇ ਤੁਸੀਂ ਸਾਨੂੰ 17 1696 ਵੋਟਾਂ ਪਈਆਂ ਬਾਈ ਜੀ ਜਿਹੜਾ ਮੇਰਾ ਐਨਟੀ ਨੂੰ 340 ਵੋਟਾਂ ਪਈਆਂ ਜੀ ਮਤਲਬ ਵੱਡੇ ਫਰਕ ਤੇ ਜਿੱਤੇ ਹਾਂ ਹਾਂਜੀ ਲੋਕਾਂ ਦਾ ਮੈਨੂੰ ਪਿਆਰ ਹੀ ਬਹੁਤ ਸੀ ਹੂੰ ਜਿੰਨਾ ਮੈਂ ਲੋਕਾਂ ਦਾ ਤੁਹਾਨੂੰ ਦੱਸ ਨਹੀਂ ਸਕਦਾ ਵੀ ਮੈਨੂੰ ਲੋਕਾਂ ਦਾ ਇੰਨਾ ਪਿਆਰ ਸੀ ਐਨੇ ਮੇਰੇ ਲੋਕ ਨਾਲ ਜਿਹੜਾ ਸੀ ਮੈਂ ਸਾਰੇ ਲੋਕਾਂ ਦਾ ਵੀ ਮੇਰਾ ਦਾ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਮੈਨੂੰ ਇੰਨਾ ਮਾਨਸਤ ਕਰ ਦਿੱਤਾ ਜੀ ਇੰਨਾ ਮਾਨਸਤ ਕਰ ਅੱਛਾ ਜਿੱਦੇ ਮੈਂ ਹੁਣ ਥੋੜੀ ਜਿਹੀ ਇਹ ਤੋਂ ਗੱਲ ਹਟ ਕੇ ਜਿੱਦੇ ਤੁਹਾਡੇ ਕਾਗਜ਼ ਨਾਮਿਨੇਸ਼ਨ ਫਾਈਲ ਹੋ ਰਹੀ ਸੀ ਉਹਦੇ ਇੱਕ ਤੁਹਾਡੀ ਚਰਚਾ ਵੀ ਛੇੜੀ ਕਹਿੰਦੇ ਜੀ ਇਹਨਾਂ ਨੇ ਦੋ ਜੂਰੋਦਿਆਂ ਦੇ ਕਾਗਜ਼ ਪੜਵਾਤੇ ਆ ਉਹ ਤੁਸੀਂ ਆਪਣੇ ਚੈਨਲ ਤੇ ਲਾਈ ਸੀ ਜੀ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਮੈਂ ਕਾਗਜ਼ ਪਾੜਨ ਵਾਲਾ ਹੈਗਾ ਸੀ ਜਾਂ ਕੋਈ ਉਹਨਾਂ ਦਾ ਵੀ ਕੋਈ ਸਟੰਟ ਸੀ ਆਉਦਾ ਉਹ ਮੈਂ ਜੀ ਪਰ ਆਪਾ ਉਤੇ ਕਮੈਂਟ ਕੋਈ ਨਹੀਂ ਕਰਨਾ ਚਾਹੁੰਦੇ ਜੀ ਹਾਂਜੀ ਤੇ ਬਾਈ ਕੀ ਮਤਲਬ ਜਿਹੜੇ ਜਿਸ ਤਰੀਕੇ ਨਾਲ ਤੁਸੀਂ ਸਰਪੰਚੀ ਜਿੱਤੀ ਹੈ ਜਿਸ ਤਰੀਕੇ ਨਾਲ ਤੁਹਾਡੇ ਵਿਰੋਧੀਆਂ ਤੇ ਇਲਜ਼ਾਮ ਜੋ ਕੁਝ ਹੋਇਆ ਉਸ ਤੋਂ ਬਾਅਦ ਆ ਵੀਡੀਓ ਹੁਣ ਕਿ ਕਿਹੋ ਜਿਹਾ ਮਹਿਸੂਸ ਕਿਹੋ ਜਿਹਾ ਹੁੰਦਾ ਹੁਣ ਲੋਕਾਂ ਦੀ ਮਤਲਬ ਵੀਡੀਓ ਤਾਂ ਵਾਇਰਲ ਹੋ ਗਈ ਹੈ ਪਰ ਜਿਹੜੀ ਵੱਡੀ ਜ਼ਿੰਮੇਵਾਰੀ ਸਰਪੰਚ ਦੇ ਸਿਰ ਤੇ ਪੈਂਦੀ ਹੈ ਉਹ ਨਿਵਾਉਣ ਲਈ ਹੁਣ ਅੱਗੇ ਦੀਆਂ ਕਿਹੋ ਜਿਹੀਆਂ ਤਿਆਰੀਆਂ ਉਹ ਬਾਈ ਹੁਣ ਤੁਹਾਨੂੰ ਮੈਂ ਬੋਲ ਕੇ ਦੱਸ ਨਹੀਂ ਸਕਦਾ ਕੋਈ ਨਹੀਂ ਆਪਾਂ 6 ਮਹੀਨੇ ਆ ਸਾਲ ਨੂੰ ਫੇਰ ਦੁਬਾਰੇ ਇੰਟਰਵਿਊ ਕਰਾਂਗੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਵੀ ਬਾਜੇਖਾਨੇ ਮੈਨੂੰ ਇਹ ਨਾਕ ਮ ਲੋਕਾਂ ਨੇ ਜਿਵੇਂ ਸਾਥ ਦਿੱਤਾ ਉਹਨਾਂ ਦਾ ਮੈਂ ਵਿਸ਼ਵਾਸ ਨਹੀਂ ਟੁੱਟਣਦਾ ਵੀ ਮੈਨੂੰ ਬਣਾਇਆ ਉਹਨਾਂ ਨੇ ਤੇ ਮੈਂ ਉਹਨਾਂ ਦੀ ਕਿਸੇ ਕੰਮ ਵਿੱਚ ਜਾਂ ਕੋਈ ਕਮੀ ਛੱਡੂਗਾ ਜਾਂ ਪਿੰਡ ਦੇ ਕੋਈ ਤਰੱਕੀ ਦੇ ਵਿੱਚ ਕਮੀ ਛੱਡੂਗਾ ਮੇਰੇ ਮਨ ਦੇ ਵਿੱਚ ਬਹੁਤ ਕੁਛ ਆ ਪਿੰਡ ਦੀ ਕਰਨ ਲਈ ਕਰਨ ਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰਪੰਚੀ ਦੇ ਇਲੈਕਸ਼ਨ ਮੌਕੇ ਜਿੱਥੇ ਵੱਖ-ਵੱਖ ਖਬਰਾਂ ਛਾਈਆਂ ਰਹੀਆਂ ਉੱਥੇ ਇੱਕ ਵੀਡੀਓ ਬਹੁਤ ਛਾਈ ਉਹ ਛਾਈ ਇੱਕ ਸਰਪੰਚ ਦੇ ਜਿੱਤ ਦੀ ਖੁਸ਼ੀ ਦੇ ਵਿੱਚ ਜਦੋਂ ਆਪਣੇ ਆ ਜੀਵਨ ਸਾਥੀ ਦੇ ਨਾਲ ਨੱਚ ਰਿਹਾ ਸੀ ਤਾਂ ਉਹ ਵੀਡੀਓ ਨੇ ਸਭ ਦਾ ਮਨ ਮੋਇਆ ਸਭ ਨੇ ਉਹ ਵੀਡੀਓ ਨੂੰ ਬਹੁਤ ਪਸੰਦ ਕੀਤਾ ਬਹੁਤ ਸ਼ੇਅਰ ਹੋਈ ਤੇ ਸਾਡੇ ਤੱਕ ਵੀ ਕੋਈ ਵੀਰਾਂ ਨੇ ਇਹ ਗੱਲ ਕਹੀ ਕਿ ਯਾਰ ਤੁਹਾਡੇ ਏਰੀਏ ਦੇ ਆ ਤੁਹਾਡੇ ਇਲਾਕੇ ਦੇ ਆ ਤਾਂ ਉਹਨਾਂ ਨਾਲ ਗੱਲ ਜਰੂਰ ਕਰੋ ਉਹਨਾਂ ਦੀ ਗੱਲ ਕਿਉਂਕਿ ਜਿੱਥੇ ਸਰਪੰਚੀ ਦੀ ਜਿੱਤ ਦੀ ਖੁਸ਼ੀ ਦਾ ਇਜ਼ਹਾਰ ਉਹ ਕਰ ਰਹੀ ਸੀ ਤਾਂ ਉੱਥੇ ਉਹ ਜੋੜੀ ਦਾ ਆਪਸ ਦੇ ਵਿੱਚ ਜਿਹੜਾ ਪਿਆਰ ਸੀ ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਖੁਸ਼ੀ ਮਨਾਈ ਆ ਉਹ ਸਭ ਤੋਂ ਵੱਖਰੀ ਸੀ ਤਾਂ ਸਾਡੇ ਨਾਲ ਬਾਈ ਨੇ ਜਿਹੜੇ ਸਰਪੰਚ ਬਣੇ ਨੇ ਨਾਲ ਹੀ ਭੈਣ ਜੀ ਨੇ ਜਿਨ੍ਹਾਂ ਦੇ ਨਾਲ ਉਹ ਉਸ ਦਿਨ ਖੁਸ਼ੀ ਮਨਾ ਰਹੇ ਸੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਐਨੂੰ ਬਾਈ ਜੀ ਮੈਨੂੰ ਇੱਕ ਸਵਾਲ ਆ ਵੀ ਜਦੋਂ ਤੁਸੀਂ ਖੁਸ਼ੀ ਮਨਾ ਰਹੇ ਸੀ ਲੱਗਦਾ ਸੀ ਵੀ ਵੀਡੀਓ ਐ ਕਿਧਰ ਕਿਧਰ ਜਾਰੀ ਕਿਉਂ ਪਤਾ ਹੀ ਨਹੀਂ ਲੱਗ ਰਿਆ ਸੀ ਵੀਡੀਓ ਬਣ ਰਹੀ ਹੈ ਨਹੀਂ ਬਾਈ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਆ ਸੀ ਕੋਈ ਵੀਡੀਓ ਬਣਾ ਰਿਆ ਆ ਜਾਂ ਪਤਾ ਕੋਈ ਯਾਰਾਂ ਮਿੱਤਰਾਂ ਨੇ ਕਿਸੇ ਨੇ ਬਣਾਈਆਂ ਹਾਂ ਉਹਨਾਂ ਨੇ ਕੋਈ ਗਰੁੱਪਾਂ ਚ ਪਾਤੀ ਕਿਸੇ ਨੇ ਸਟੇਟਸ ਲਾ ਲਿਆ ਉਹ ਵਾਇਰਲ ਹੁੰਦੀ 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 ਫਿਰ ਵਾਇਰਲ ਹੋ ਗਈ ਜੀ ਮੈਨੂੰ ਤਾਂ ਦੂਸਰੇ ਦਿਨ ਤੜਕੇ ਪਤਾ ਲੱਗਿਆ ਸਵੇਰ ਯਾਨੀ ਕਿ ਵੀ ਇੰਨੀ ਕਿ ਵਾਇਰਲ ਹੋ ਗਈ ਫਿਰ ਲੋਕਾਂ ਨੇ ਸਟੇਟਸ ਪਾਤੇ ਜੀ ਫਿਰ ਹੋਰ ਚੱਲ ਪਿਆ ਜੀ ਫਿਰ ਗਾਂਧੀਆਂ ਚ ਚੱਲੀ ਗਈ ਹੁਣ ਕੋਈ ਕਹਿੰਦਾ 5 ਲੱਖ ਵੀਊ ਹੋ ਗਿਆ ਕੋਈ 10 ਲੱਖ ਹੋ ਗਿਆ ਸਾਨੂੰ ਤਾਂ ਪਤਾ ਫੋਨ ਆਉਣ ਲੱਗੇ ਫਿਰ ਪਤਾ ਲੱਗਿਆ ਵੀ ਇੰਨੀ ਇੰਨੀ ਹੋ ਗਿਆ ਇੰਨੀ ਵਾਇਰਲ ਹੋ ਗਈ ਉਹ ਉਸ ਸਮੇਂ ਦਾ ਜਿਹੜਾ ਪਲ ਸੀ ਉਹ ਉਹ ਕੀ ਹੈ ਇਹਾ ਕੀ ਸੀ ਜਦੋਂ ਜਦੋਂ ਇੰਨਾ ਆ ਸਭ ਕੁਝ ਹੋ ਗਿਆ ਉਹ ਤਾਂ ਜੀ ਸਾਡੇ ਆਪ ਦੀ ਲਾਈਫ ਸੀ ਇੰਜੋਏ ਕਰਦੇ ਸੀ ਸਾਰੇ ਆਪ ਦੇ ਪਰਿਵਾਰਕ ਮੈਂਬਰ ਸੀ ਯਾਰ ਮਿੱਤਰ ਸੀ ਕੋਈ ਮौज-ਮਸਤੀ ਮਾਰੀ ਜਾਂਦੇ ਸੀ ਆਪ ਦੀ ਇੰਜੋਏ ਜਿੰਨੀ ਕਿ ਜ਼ਿੰਦਗੀ ਜਿਉਣੀ ਚਾਹੁੰਦੇ ਸੀ ਆਪ ਦੀ ਲਾਈਫ ਦੇ ਵਿੱਚ ਖੁਸ਼ੀ ਨਾਲ ਜਿਹੜਾ ਪੜਾਉ ਦੇ ਐਨਜੋਏ ਕਰ ਰਹੇ ਸੀ ਆ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਕਿ ਲੋਕਾਂ ਤੁਸੀਂ ਇੰਨੇ ਵੈਰਲ ਹੋ ਜਾਗੇ ਇੰਨਾਂ ਲੋਕਾਂ ਦਾ ਪਿਆਰ ਮਿਲੂਗਾ ਪਤਾ ਹੀ ਨਹੀਂ ਸੀ ਇਹਦਾ ਨਹੀਂ ਨਹੀਂ ਆਈ ਨਾ ਆਈ ਨਹੀਂ ਸਰਪੰਚ ਦੀ ਸਰਪੰਚ ਦੀ ਚਰਚਾ ਨਹੀਂ ਹੋਣੀ ਜਿੰਨੇ ਤੁਹਾਡੇ ਉਹ ਦਿਨ ਦੀ ਖੁਸ਼ੀ ਦੀ ਉਹ ਤੁਹਾਡੇ ਡਾਂਸ ਦੀ ਉਹ ਚੀਜ਼ ਦੀ ਚਰਚਾ ਹੋ ਗਈ ਹਾਂਜੀ ਹਾਂਜੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਲੋਕਾਂ ਦਾ ਪਿਆਰ ਸਾਨੂੰ ਬਹੁਤ ਮਿਲਿਆ ਬਾਈ ਤਾਂ ਸੀ ਨਾ ਸਾਦਾ ਵੀ ਇੰਨੇ ਕਿ ਫੋਨ ਆਏ ਹੂੰ ਇੰਨੀ ਖੁਸ਼ੀ ਆਵੀ ਸਰਪੰਚ ਜੀ ਚਲੋ ਖੁਸ਼ੀ ਸੀ ਆਪਦੀ ਖੁਸ਼ੀ ਮਨਾ ਰਹੇ ਸੀ ਤੇ ਆ ਤਾਂ ਸਾਨੂੰ ਪਤਾ ਨਹੀਂ ਸੀ ਸਾਨੂੰ ਅਗਲਾ ਇੰਨਾ ਹੋਰ ਕੁਝ ਦੇ ਦੇਣਗੇ ਲੋਕ ਪਿਆਰ ਸਭ ਦਾ ਇਹ ਪਹਿਲਾਂ ਵੀ ਤੁਸੀਂ ਕਦੇ ਆਏ ਖੁਸ਼ੀ ਮਨਾਈ ਹੈ ਜੀ ਪਹਿਲਾਂ ਵੀ ਡਾਂਸ ਕਰਦੇਗੇ ਪਹਿਲੀ ਵਾਰੀ ਹੋਇਆ ਸੀ ਇਹ ਨਹੀਂ ਪਹਿਲਾਂ ਮੈਂ ਉਹਨਾਂ ਨੂੰ ਪੁੱਛਣਾ ਜਾਣਾ ਤੁਹਾਡੇ ਤੋਂ ਨਹੀਂ ਅੱਗੇ ਵੀ ਬਹੁਤ ਵਾਰੀ ਬਹੁਤ ਵਾਰੀ ਜੀ ਮਤਲਬ ਇਹ ਤੁਸੀਂ ਇਹ ਇਹ ਸੁਭਾਅ ਜੀ ਹੈ ਮਤਲਬ ਤੁਹਾਡੇ ਮਤਲਬ ਦੁਆ ਪਰੋਜੀਆਂ ਦੇ ਜਾਂ ਕਹਿ ਲਈਏ ਹਾਂ ਜੀ ਤੁਸੀਂ ਮਨਾਉਣ ਦਾ ਤਰੀਕਾ ਤਰੀਕਾ ਹੈ ਨਹੀਂ ਇੱਥੇ ਸ਼ਾਦੀਆਂ ਦੀ ਵੀ ਆਏ ਹੋ ਜਾਂਦਾ ਬਈ ਨਹੀਂ ਅਸੀਂ ਆਮ ਤਾਂ ਨਹੀਂ ਚਲੋ ਜੀ ਸਾਡਾ ਕੋਈ ਆਪ ਦਾ ਪਰਸਨਲ ਫੰਕਸ਼ਨ ਆ ਉੱਥੇ ਅਸੀਂ ਆਪ ਦਾ ਬਹੁਤ ਇੰਜੋਏ ਕਰਦੇ ਆ ਜੀ ਠੀਕ ਹੈ ਸਾਡੇ ਆਪ ਦੇ ਰਿਸ਼ਤੇ ਜੇ ਕੋਈ ਬਹੁਤ ਜਿਆਦਾ ਕੋਈ ਯਾਰ ਮਿੱਤਰ ਜ਼ਰੂਰੀ ਹੈ ਉੱਥੇ ਤਾਂ ਜਰੂਰ ਹੂੰ ਖੁੱਲ ਕੇ ਇੰਜੋਏ ਖੁਸ਼ੀ ਮਨਾ ਕੇ ਹੁੰਨੇ ਆ ਅਸੀਂ ਐ ਨਹੀਂ ਵੀ ਕਿਤੇ ਅਸੀਂ ਜਾਵੜੇ ਵੀ ਆਵੇ ਲੋਕੀ ਉਧਰ ਹੋਗੇ ਉਧਰ ਹੋਗੇ ਐ ਨਹੀਂ ਪੂਰੇ ਮਨ ਖੁਸ਼ ਕਰਕੇ ਖੁੱਲ ਕੇ ਨੱਚੀਦਾ ਹਾਂ ਹਾਂ ਉਸ ਦਿਨ ਕਿੰਨੀ ਖੁਸ਼ੀ ਸੀ ਤੁਹਾਡੇ ਮਨ ਚ ਕਿੰਨੀ ਖੁਸ਼ੀ ਸੀ ਬਹੁਤ ਜ਼ਿਆਦਾ ਜੀ ਉਸ ਦਿਨ सरपंच ਬਣੇ ਦੀ ਉਹ ਹੁਣ ਉਸ ਤੋਂ ਸਰਪੰਚ ਹੀ ਬਣ ਮੈਂ ਜਿਵੇਂ ਪਹਿਲਾਂ ਕਿਹਾ ਵੀ ਸਰਪੰਚ ਦੇ ਬਣ ਦੇ ਨਾਮ ਨਾਲ ਜਿਹੜੀ ਤੁਹਾਡੀ ਆ ਵੀਡੀਓ ਨੇ ਸਾਰੇ ਪਾਸੇ ਤੁਹਾਨੂੰ ਇਹ ਵੀ ਇੱਕ ਖੁਸ਼ੀ ਮਿਲੀ ਵੀ ਲੋਕਾਂ ਨੇ ਕਿੰਨਾ ਹਾਂਜੀ ਇਸ ਚੀਜ਼ ਦੀ ਬਹੁਤ ਖੁਸ਼ੀ ਮਿਲੀ ਲੋਕਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਜੀ ਇੰਨਾ ਪਿਆਰ ਹਾਂਜੀ ਇੰਨੇ ਲੋਕ ਸਾਡੀ ਨਾਲ ਹੂੰ ਭਾਈ ਕਿੰਨੇ ਕਿੰਨੇ ਵੋਟਾਂ ਦੇ ਫਰਕ ਤੇ ਜਿੱਤੇ ਤੁਸੀਂ ਸਾਨੂੰ 17 1696 ਵੋਟਾਂ ਪਈਆਂ ਬਾਈ ਜੀ ਜਿਹੜਾ ਮੇਰਾ ਐਨਟੀ ਨੂੰ 340 ਵੋਟਾਂ ਪਈਆਂ ਜੀ ਮਤਲਬ ਵੱਡੇ ਫਰਕ ਤੇ ਜਿੱਤੇ ਹਾਂ ਹਾਂਜੀ ਲੋਕਾਂ ਦਾ ਮੈਨੂੰ ਪਿਆਰ ਹੀ ਬਹੁਤ ਸੀ ਹੂੰ ਜਿੰਨਾ ਮੈਂ ਲੋਕਾਂ ਦਾ ਤੁਹਾਨੂੰ ਦੱਸ ਨਹੀਂ ਸਕਦਾ ਵੀ ਮੈਨੂੰ ਲੋਕਾਂ ਦਾ ਇੰਨਾ ਪਿਆਰ ਸੀ ਐਨੇ ਮੇਰੇ ਲੋਕ ਨਾਲ ਜਿਹੜਾ ਸੀ ਮੈਂ ਸਾਰੇ ਲੋਕਾਂ ਦਾ ਵੀ ਮੇਰਾ ਦਾ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਮੈਨੂੰ ਇੰਨਾ ਮਾਨਸਤ ਕਰ ਦਿੱਤਾ ਜੀ ਇੰਨਾ ਮਾਨਸਤ ਕਰ ਅੱਛਾ ਜਿੱਦੇ ਮੈਂ ਹੁਣ ਥੋੜੀ ਜਿਹੀ ਇਹ ਤੋਂ ਗੱਲ ਹਟ ਕੇ ਜਿੱਦੇ ਤੁਹਾਡੇ ਕਾਗਜ਼ ਨਾਮਿਨੇਸ਼ਨ ਫਾਈਲ ਹੋ ਰਹੀ ਸੀ ਉਹਦੇ ਇੱਕ ਤੁਹਾਡੀ ਚਰਚਾ ਵੀ ਛੇੜੀ ਕਹਿੰਦੇ ਜੀ ਇਹਨਾਂ ਨੇ ਦੋ ਜੂਰੋਦਿਆਂ ਦੇ ਕਾਗਜ਼ ਪੜਵਾਤੇ ਆ ਉਹ ਤੁਸੀਂ ਆਪਣੇ ਚੈਨਲ ਤੇ ਲਾਈ ਸੀ ਜੀ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਮੈਂ ਕਾਗਜ਼ ਪੜਨ ਦਾ ਹੈਗਾ ਸੀ ਜਾਂ ਕੋਈ ਉਹਨਾਂ ਦਾ ਵੀ ਕੋਈ ਸਟੰਟ ਸੀ ਆਉਦਾ ਉਹ ਮੈਂ ਤਾਂ ਉਸ ਜੀ ਪਰ ਆਪਾ ਉੱਤੇ ਕਮੈਂਟ ਕੋਈ ਨਹੀਂ ਕਰਨਾ ਚਾਹੁੰਦੇ ਜੀ ਹਾਂਜੀ ਤੇ ਭਾਈ ਕੀ ਮਤਲਬ ਜਿਹੜੇ ਜਿਸ ਤਰੀਕੇ ਨਾਲ ਤੁਸੀਂ ਸਰਪੰਚੀ ਜਿੱਤੀ ਹੈ ਜਿਸ ਤਰੀਕੇ ਨਾਲ ਤੁਹਾਡੇ ਵਿਰੋਧੀਆਂ ਤੇ ਇਲਜ਼ਾਮ ਜੋ ਕੁਝ ਹੋਇਆ ਉਸ ਤੋਂ ਬਾਅਦ ਆ ਵੀਡੀਓ ਹੁਣ ਕਿ ਕਿਹੋ ਜਿਹਾ ਮਹਿਸੂਸ ਕਿਹੋ ਜਿਹਾ ਹੁੰਦਾ ਹੁਣ ਲੋਕਾਂ ਦੀ ਮਤਲਬ ਵੀਡੀਓ ਤਾਂ ਵਾਇਰਲ ਹੋ ਗਈ ਹੈ ਪਰ ਜਿਹੜੀ ਵੱਡੀ ਜ਼ਿੰਮੇਵਾਰੀ ਸਰਪੰਚ ਦੇ ਸਿਰ ਤੇ ਪੈਂਦੀ ਹੈ ਉਹ ਨਿਵਾਉਣ ਲਈ ਹੁਣ ਅੱਗੇ ਦੀਆਂ ਕਿਹੋ ਜਿਹੀਆਂ ਤਿਆਰੀਆਂ ਉਹ ਭਾਈ ਹੁਣ ਤੁਹਾਨੂੰ ਮੈਂ ਬੋਲ ਕੇ ਦੱਸ ਨਹੀਂ ਸਕਦਾ ਕੋਈ ਨਹੀਂ ਆਪਾਂ 6 ਮਹੀਨੇ ਆ ਸਾਲ ਨੂੰ ਫੇਰ ਦੁਬਾਰੇ ਇੰਟਰਵਿਊ ਕਰਾਂਗੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਵੀ ਬਾਜੇਖਾਨ ਮੈਨੂੰ ਇਹ ਨਾਕਮ ਲੋਕਾਂ ਨੇ ਜਿਵੇਂ ਸਾਥ ਦਿੱਤਾ ਉਹਨਾਂ ਦਾ ਮੈਂ ਵਿਸ਼ਵਾਸ ਨਹੀਂ ਟੁੱਟਣਦਾ ਵੀ ਮੈਨੂੰ ਬਣਾਇਆ ਉਹਨਾਂ ਨੇ ਤੇ ਮੈਂ ਉਹਨਾਂ ਦੀ ਕਿਸੇ ਕੰਮ ਵਿੱਚ ਜਾਂ ਕੋਈ ਕਮੀ ਛੱਡੂਗਾ ਜਾਂ ਪਿੰਡ ਦੇ ਕੋਈ ਤਰੱਕੀ ਦੇ ਵਿੱਚ ਕਮੀ ਛੱਡੂਗਾ ਮੇਰੇ ਮਨ ਦੇ ਵਿੱਚ ਬਹੁਤ ਕੁਛ ਆ ਪਿੰਡ ਦੀ ਕਰਨ ਲਈ ਕਰਨ ਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ